ਹੈਲੋ ਫਰੈਂਡਸ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਵੀ ਕੇ ਪੋਸਟਸ ਆਈਆਂ ਨੇ ਜੀ 128 ਸਟੈਂਪ ਫਰੋਸ਼ ਮਤਲਬ ਕਿ ਸਟੈਂਪ ਵੈਂਡਰ ਦੀਆਂ ਪੋਸਟਸ ਨੇ ਲਾਸਟ ਡੇਟ 11 11 2022 ਸ਼ਾਮ 5 ਵਜੇ ਤੱਕ ਜਿਹੜੀਆਂ ਅਰਜ਼ੀਆਂ ਪਹੁੰਚ ਜਾਣੀਆਂ ਚਾਹੀਦੀਆਂ ਅਰਜ਼ੀਆਂ ਨੇ ਜਿਹੜੀਆਂ ਜੀ ਡਾਕ ਰਾਹੀਂ ਜਾਂ ਖੁਦ ਤੁਸੀਂ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਦੀ ਐਚ ਆਰਸੀ ਸ਼ਾਖਾ ਕਮਰਾ ਨੰਬਰ 333 A ਵਿੱਚ ਜਮਾ ਕਰਵਾ ਸਕਦੇ ਹੋ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਐਪਲੀਕੇਸ਼ਨ ਫਾਰਮ ਨੀਚੇ ਦਿਖਾ ਦੇਵਾਂਗੇ ਸੋਨੂੰ ਇਹ ਵਾਲਾ ਐਪਲੀਕੇਸ਼ਨ ਫਾਰਮ ਤੁਸੀਂ ਭਰ ਲੈਣਾ ਉਸ ਤੋਂ ਇਲਾਵਾ ਪੇਪਰ ਹੈ ਜਿਹੜਾ ਜੀ ਆਬਜੈਕਟਿਵ ਟਾਈਪ ਹੋਏਗਾ 70 ਨੰਬਰਾਂ ਦਾ 10ਵੀਂ ਪੱਧਰ ਦਾ ਆਬਜੈਕਟਿਵ ਟਾਈਪ ਟੈਸਟ ਹੋਏਗਾ 20 ਨੰਬਰ ਦੀ ਵਿਦਿਅਕ ਯੋਗਤਾ ਤੇ 10 ਨੰਬਰ ਇੰਟਰਵਿਊ ਦੇ ਹੋਣਗੇ ਟੈਸਟ ਹੈ ਜਿਹੜਾ ਜੀ 19 11 2022 ਨੂੰ ਸਵੇਰੇ 11 ਵਜੇ ਲਿਆ ਜਾਏਗਾ ਬੈਂਕਾਰ ਵੱਲੋਂ ਇੱਕ ਡਿਮਾਂਡ ਡਰਾਫਟ ਬਣਵਾਉਣਾ ਪੈਗਾ 500 ਰੁਪਏ ਦਾ ਡਿਮਾਂਡ ਡਰਾਫਟ ਹੈ ਜੀ ਜਿਹੜਾ ਇਨ ਫੇਵਰ ਆਫ ਡਿਪਟੀ ਕਮਿਸ਼ਨਰ ਪਟਿਆਲਾ ਹੋਵੇ ਅਤੇ ਪੇਏਬਲ ਐਟ ਪਟਿਆਲਾ ਹੋਣਾ ਚਾਹੀਦਾ ਠੀਕ ਹੈ ਇਹਨਾਂ ਨੇ ਲਿਖਿਆ ਨਹੀਂ ਪਰ ਪੇਏਬਲ ਐਟ ਪਟਿਆਲਾ ਹੋਏਗਾ ਦੇਖ ਲਿਓ ਠੀਕ ਹੈ ਉਮੀਦਵਾਰ ਵੱਲੋਂ ਜਿਹੜਾ ਐਪਲੀਕੇਸ਼ਨ ਫਾਰਮ ਹੈ ਜੀ ਉਸ ਦੇ ਉੱਪਰ ਤਹਿਸੀਲ ਸਬਤੈਸੀਲ ਦਾ ਨਾਮ ਉਮੀਦਵਾਰ ਦਾ ਨਾਮ ਪਿਤਾ ਦਾ ਨਾਮ ਜਨਮ ਮਿਤੀ ਘਰ ਦਾ ਪੂਰਾ ਪਤਾ ਪੁਲਿਸ ਸਟੇਸ਼ਨ ਵਿਦਿਅਕ ਯੋਗਤਾ ਮੌਜੂਦਾ ਕਿੱਤਾ ਵਟਸਐਪ ਮੋਬਾਈਲ ਨੰਬਰ ਪੋਸਟਲ ਨੰਬਰ ਅਤੇ ਮਿਤੀ ਠੀਕ ਹੈ ਜੀ ਇਹ ਜਿਹੜਾ ਪਰਫਾਰਮਾ ਹੈਗਾ ਤੁਸੀਂ ਉਹਨਾਂ ਨੇ ਲਿਖਿਆ ਸਾਦੇ ਕਾਗਜ਼ ਤੇ ਵੀ ਭਰ ਕੇ ਦੇ ਸਕਦੇ ਹੋ ਠੀਕ ਹੈ ਜੀ ਪੈਨ ਨਾਲ ਸਾਰੀਆਂ ਇਹ ਚੀਜ਼ਾਂ ਤੁਸੀਂ ਲਿਖ ਕੇ ਦੇ ਸਕਦੇ ਹੋ ਭਰੀਆਂ ਜਾਣ ਵਾਲੀਆਂ ਅਸਾਮ ਫਰੋਸ਼ ਦੀਆਂ ਜਿਹੜੀਆਂ ਗਿਣਤੀਆਂ ਨੇ ਜੀ ਉਹ ਇਸ ਪ੍ਰਕਾਰ ਹੈ ਜ਼ਿਲ੍ਹਾ ਗੱਜੇਰੀ ਪਟਿਆਲਾ ਦੀਆਂ 15 ਨੇ ਜੀ ਤਹਿਸੀਲ ਕੰਪਲੈਕਸ ਪਟਿਆਲਾ ਦੀਆਂ 58 ਤਹਿਸੀਲ ਕੰਪਲੈਕਸ ਸਮਾਣਾ ਦੀਆਂ 13 ਤੇ ਤਹਿਸੀਲ ਕੰਪਲੈਕਸ ਨਾਬਾ ਦੀਆਂ 3 ਤਹਿਸੀਲ ਕੰਪਲੈਕਸ ਰਾਜਪੁਰਾ ਦੀਆਂ 12 ਤਹਿਸੀਲ ਕੰਪਲੈਕਸ ਪਾਤੜਾ ਦੀਆਂ 9 ਤਹਿਸੀਲ ਕੰਪਲੈਕਸ ਦੁੱਦਣ ਸਾਦਾ ਦੀਆਂ ਤੇ ਤਹਿਸੀਲ ਕੰਪਲੈਕਸ ਪਾਸ ਤੋਂ ਦੀਆਂ 4 ਨੇ ਜੀ ਠੀਕ ਹੈ ਦੁੱਧਨ ਸਾਧਾਂ ਦੀਆਂ 7 ਪਾਸ ਤੋਂ ਦੀਆਂ 4 ਖਨੌਰ ਦੀ ਖਨੌਰ ਦੀਆਂ 7 ਨੇ ਜੀ ਇਸ ਤਰ੍ਹਾਂ ਟੋਟਲ 128 ਨੇ ਹੁਣ ਗੱਲ ਕਰਦੇ ਆਂ ਜੀ ਯੋਗਤਾ ਦੀ ਕੈਂਡੀਡੇਟ ਘੱਟੋ ਘੱਟ 10ਵੀਂ ਪਾਸ ਤਾਂ ਹੋਵੇ ਉੱਪਰ ਹੋਏਗਾ ਕੋਈ ਗੱਲ ਨਹੀਂ ਘੱਟੋ ਘੱਟ ਕੈਂਡੀਡੇਟ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਇਸ ਤਿਹਾਰ ਤੋਂ ਜਿਹੜੀਆਂ ਪਹਿਲਾਂ ਕੈਂਡੀਡੇਟ ਨਾ ਨੇ ਅਪਲਾਈ ਕੀਤਾ ਸੀਗਾ ਜੀ ਸਟੈਂਪ ਵੈਂਡਰ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਰੱਦ ਕੀਤੀਆਂ ਜਾਂਦੀਆਂ ਹੈ ਜਿੰਨਾ ਕੈਂਡੀਡੇਟ ਨੇ ਪਹਿਲਾਂ ਦਿੱਤਾ ਸੀਗਾ ਜੇਕਰ ਉਹ ਕੈਂਡੀਡੇਟ ਵੀ ਦੇਖ ਰਿਹਾ ਤਾਂ ਉਹਨਾਂ ਨੂੰ ਦੁਬਾਰਾ ਅਲੱਗ ਤੋਂ ਸੂਚਿਤ ਕੀਤਾ ਜਾਏਗਾ ਅਲੱਗ ਤੋਂ ਸੂਚਿਤ ਨਹੀਂ ਕੀਤਾ ਜਾਏਗਾ ਠੀਕ ਹੈ ਇਹਨਾਂ ਨੇ ਲਿਖਿਆ ਵੀ ਅਲੱਗ ਤੋਂ ਸੂਚਿਤ ਨਹੀਂ ਕੀਤਾ ਜਾਏਗਾ ਟੈਸਟ ਪਾਸ ਕਰਨ ਵਾਲੇ ਉਮੀਦਵਾਰ ਦੀ ਲਿਸਟ ਵੀ ਡੀਸੀਐਫ ਪਟਿਆਲਾ ਦੇ ਦਫਤਰ ਪਟਿਆਲਾ ਦੇ ਨੋਟਿਸ ਬੋਰਡ ਤੇ ਲੱਗੇਗੀ ਜੀ ਪੇਪਰ ਲੈਣ ਲਈ ਸਥਾਨ ਅਤੇ ਇੰਟਰਵਿਊ ਵੱਖਰੇ ਤੌਰ ਤੇ ਹਾਂ ਇਹ ਜਦੋਂ ਵੀ ਅਪਡੇਟ ਆਉਂਦੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਸੂਚਿਤ ਇਸੇ ਚੈਨਲ ਤੇ ਕੀਤਾ ਜਾਏਗਾ ਇਸ ਲਈ ਪਲੀਜ਼ ਜਿਹੜੇ ਵੀਡੀਓ ਨੂੰ ਦੇਖ ਰਹੇ ਹੋ ਜਿਹੜੇ ਰਹਿ ਗਏ ਜਿਨ੍ਹਾਂ ਨੇ ਆਲਰੇਡੀ ਸਬਸਕ੍ਰਾਈਬ ਕਰ ਲਿਆ ਉਹਨਾਂ ਨੂੰ ਜ਼ਰੂਰਤ ਨਹੀਂ ਜਿਹੜੇ ਰਹਿ ਗਏ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ press ਕਰ ਲਓ ਸਾਰੀਆਂ ਅਪਡੇਟਸ ਤੁਹਾਨੂੰ ਇਸੇ ਚੈਨਲ ਤੇ ਮਿਲਣਗੀਆਂ ਇਸ ਤੋਂ ਇਲਾਵਾ ਹੁਣ ਹੋਰ ਪੋਸਟਸ ਆਣੀਆਂ ਨੇ ਜੀ ਡਾਟਾ ਐਂਟਰੀ ਆਪਰੇਟਰ ਦੀਆਂ ਪੋਸਟਸ ਨੇ ਤੇ ਮਾਲੀ ਦੀਆਂ ਪੋਸਟਸ ਐ 8ਵੀਂ ਦੇ ਵਿੱਚ ਦੀਆਂ ਠੀਕ ਹੈ ਉਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਜਦੋਂ ਕੋਈ ਵੀ ਕਹਿੰਦਾ ਭਾਵੇਂ ਕੋਈ ਵੀ ਵੀਡੀਓ ਅਪਡੇਟ ਆਵੇ ਉਹਦੀ ਸੂਚਨਾ ਨਾਲ ਦੀ ਨਾਲ ਤੁਹਾਡੇ ਕੋਲ ਪਹੁੰਚੇ ਕੰਟੀ ਦਾ ਬਟਨ ਦਬਾ ਕੇ ਰੱਖੋ ਕੋਈ ਵੀ ਆਪਾਂ ਪੋਸਟ ਪਾਵਾਂਗੇ ਵੀਡੀਓ ਪਾਵਾਂਗੇ ਸਭ ਤੋਂ ਪਹਿਲਾਂ ਮੈਸੇਜ ਤੁਹਾਡੇ ਕੋਲ ਆ ਜਾਏਗਾ ਸਾਰੀਆਂ ਅਪਡੇਟਸ ਤੁਹਾਨੂੰ ਇਸੇ ਚੈਨਲ ਤੇ ਮਿਲਣਗੀਆਂ YouTube ਤੇ ਸਰਚ ਕਰੋਗੇ ਇਨਫੋ ਅਬਾਊਟ ਆਲਗੋਮੈਂਟ ਜੌਬਸ ਹੋਮ ਪੇਜ ਤੇ ਸਾਰੇ ਚੈਨਲ ਮਿਲ ਜਾਣਗੇ ਤੁਹਾਨੂੰ ਸਬਸਕ੍ਰਾਈਬ ਕਰ ਲਿਓ ਟੈਕਨੀਕਲ ਵੀਡੀਓ ਲਈ ਟੈਗ ਗੁਰੂ ਚੈਨਲ ਤੇ ravi font typing ਦੀਆਂ ਫ੍ਰੀ ਆਫ ਕੋਸਟ ਲਾਈਵ ਕਲਾਸਿਸ ਪਈਆਂ ਨੇ ਪਲੇਲਿਸਟ ਬਣੀ ਹੋਈ ਹੈ ptv club di ravi font typing ਦੀ ਜਾ ਕੇ ਜੁਆਇਨ ਕਰਿਓ ਜੀ ਸਾਰੇ ਤੇ ਡਿਸਕ੍ਰਿਪਸ਼ਨ ਚ ਸਾਰੇ ਲਿੰਕ ਨੇ ਵੀਡੀਓ ਦੇ نیچے ਕਲਿੱਕ ਕਰੋਗੇ ਸ਼ੋ ਮੋਰ ਤੇ ਕਲਿੱਕ ਕਰੋਗੇ ਉਥੇ ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਪੀਡੀਐਫ ਫਾਈਲ ਦੇ ਲਈ ਮਿਲ ਜਾਏਗਾ ਟਵਿੱਟਰ ਦਾ ਲਿੰਕ ਮਿਲ ਜਾਏਗਾ ਇੰਸਟਾਗ੍ਰਾਮ ਦਾ ਲਿੰਕ ਮਿਲ ਜਾਏਗਾ ਸਾਰੇ ਲਿੰਕ ਤੁਸੀਂ ਫੋਲੋ ਕਰ ਲੈਣੇ ਨੇ ਤਾਂ ਕਿ ਕਿਤੋਂ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਹੋਰ ਜਾਣਕਾਰੀ ਹੈ ਜਿਹੜੀ ਤੁਸੀਂ ਹਰ ਸੀ ਦੀ ਸ਼ਾਕਾ ਨੰਬਰ 333 A ਵਿੱਚੋਂ ਲੈ ਸਕਦੇ ਹੋ ਕਿਸੇ ਵੀ ਕੰਮ ਵਾਲੇ ਦਿਨ ਠੀਕ ਹੈ ਬਾਕੀ ਅਪਡੇਸ਼ਨ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣਗੀਆਂ ਜੀ ਮਿਲਦੇ ਆ ਹੋਰ ਅਪਡੇਟਸ ਦੇ ਨਾਲ ਹੋਰ ਪੋਸਟਸ ਦੇ ਨਾਲ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਯੂ ਟੇਕ ਅ ਵੈਰੀ ਗੁੱਡ ਕੇਅਰ ਟੂ ਯੂਰਸੈਲਫ ਬਾਏ ਬਾਏ